عبد القادر قادری صاحب دین عبد الله سرکار نام انہاں دا لکھیا ہویا اور حساب سید فداوس انشاء صاحب سید عامر شاہ بخاری ارشد امیر ستی صاحب ارون ستی صاحب بکا ستی صاحب باقر بلنگ صاحب اور ہائی جے مہمان گرامی راجا تارک صاحب افسرا راجا ممتاز سگوٹ راجا واجد ادرالیہ ادلگ زیاد ستی صاحب اور ملک فات سعید صاحب وڈیالا اور آجی لیاقت صاحب وڈیالا نائک زلفی صاحب گرپا اور عمران ستی صاحب اور تیڑی تو سب سے کی ذریعہ یاد نہیں گیا تے گلہ شاہرین یہاں سب بیش کرنے آپ آجی لیا صاحب عریب اردو انہوں نے نظر سرکار آنے سجدہ میرے عقل تا میرے خیال ملے
Yeah.
ਕਹਿੰਦਾ ਦੱਸਿਆ ਸਾ ਕਿ ਗੱਲਾਂ ਸਾਰੀਆਂ ਅਸਾਂ ਹੀ ਪੇਸ਼ ਕਰਨੇ ਆ ਲਿਖਣੀਆਂ ਸ਼ਾਇਰਾਂ ਆ ਲੇਕਿਨ ਪੱਲੇ ਬੰਨੇ ਦੀ ਗੱਲ ਜਿਹੜੀ ਹੋਣੀ ਉਸ ਦੀ ਪੱਲੇ ਬੰਨੀ ਕਿ ਨਾ ਚਾਹੀਦਾ ਨਹੀਂ ਗੱਲਾਂ ਐਸੀਆਂ ਹੋਣੀਆਂ ਜਿਹੜੀਆਂ ਹਰ ਗੱਲ ਨੂੰ ਉੱਪਰ ਆਉਣੀਆਂ ਤੇ ਅਗੇ ਥੋੜੀ ਦੇਰ ਪਹਿਲੇ ਅਸਾਂ ਮਹਿਫਲ ਤੋਂ ਪਹਿਲੇ ਸਾਡੇ ਭਾਈ ਜ਼ਿਆਫ ਸੱਜੀ ਸਾਹਿਬ ਹੋਰ ਭਾਈ ਵਾਜਦ ਹੋਰ ਬੈਠੇ ਸੀ ਤਸਾਂ ਰਾਜਤਾਰ ਕੋਰ ਨੇ ਗਾਣੇ ਦੀ ਮਹਿਫਲ ਹੋਈ ਸੀ ਤੋ ਉਸਨੀ ਮਹਿਫਲ ਦਾ ਜ਼ਿਕਰ ਕਰਨੇ ਸੀ ਆਪੇ ਮਹਿਫਲ ਤਾਂ ਪੂਰੀ ਹੋਈ ਲੇਕਿਨ ਕੁਝ ਹਿੱਸਾ ਐਸਾ ਹੋਣਾ ਮਹਿਫਲ ਦਾ ਜਿਹੜਾ ਯਾਦਗਾਰ ਹੋ ਜਾਣਾ ਮੇਰੇ ਦੋਸਤੋ ਪਰ ਯਾਦ ਕਰਨਾ ਸਾਰਾ ਸਭ ਤੋਂ ਸਾਰਾ ਕੰਮ ਆ ਉਸ ਮਾਲਕ ਦੀ ਬਾਰਗਾਹ ਵਿੱਚ ਪੂਰੀ ਕਰਨੀ ਨਾ ਕਰਨੀ ਉਸ ਮਾਲਕ ਦਾ ਕੰਮ ਆ ਲੇਕਿਨ ਮੈਂ ਆਪਣੀ ਫਰਿਆਦ ਪੇਸ਼ ਕਰਨਾ ਹੋਇਆ ਕਮਾਣ ਹੈਗਾ ਜਿਸ ਤੋਂ ਬਿਹਤਰੀਨ ਤਰੀਕਾ ਪਾਣੀ ਨਜ਼ਰ ਚ ਕੋਈ ਨਹੀਂ ਹਰ ਬੰਦੇ ਨੇ ਲਓ ਅਕਲ ਸਮਝ ਆਪਣੀ ਹੈ ਤੇ ਮੈਂ ਤੇ ਸਮਝਣਾ ਕਿ ਉਸਨੇ ਤੱਕ ਫਰਿਆਦ ਪਹੁੰਚਾਉਣੇ ਦੇ ਬਿਹਤਰੀਨ ਤਰੀਕਾ ਸਭ ਤੋਂ ਕਿਉਂਕਿ ਇਸ ਟਾਈਮ ਜਿਹੜੀ ਸਾਡੇ ਹਾਲਾਤ ਹੈ ਹਰ ਬੰਦਾ ਦੁਖੀ ਆ ਹਰ ਬੰਦਾ ਦੁਖੀ ਆ ਕਿਉਂ ਇੱਥੇ ਗੱਲ ਪੈਸੇ ਦੀ ਆ ਗਰੀਬੀ ਅਮੀਰੀ ਨਹੀਂ ਰਹੀ ਬਲਕਿ ਗੱਲ ਆ ਗਈ ਆਪਣੇ ਮੁਲਕਾਂ ਦੀ ਤੇ ਜਿਹੜਾ ਮੁਲਕ ਵਿੱਚ ਐਸੇ ਹਾਲਾਤ ਹੋਣ ਤੋਂ ਉਸਦੇ ਹਰ ਬੰਦਾ ਪਰੇਸ਼ਾਨ ਹੋਇਆ ਤੋ ਫਰਿਆਦ ਸਰਕਾਰ ਪੇਸ਼ ਕਰਨੇ ਦਾਣੇ ਅਸਾਂ ਦੁਖੀਆਂ ਦੀ ਸੁਣ ਫਰਿਆਦ ਕੋ